ਕੋਈ ਪਾਪੀ ਰੂਹ ਹੋਊਗੀ, ਤੁਸੀਂ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਅਤੇ ਆਹ ਬਹੁਤ ਘੱਟ ਲੋਕਾਂ ਨੂੰ, 2-4% ਲੋਕਾਂ ਨੂੰ ਪਤਾ ਹੈ। ਅਕਾਲ ਤਖ਼ਤ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੁਰਦੁਆਰੇ ਦੇ ਨਾਲ ਹੀ ਬਹੁਤ ਸੋਹਣੀ ਜਿਹੜੀ ਆ ਸ਼ਹੀਦੀ ਗੈਲਰੀ ਬਣੀ ਹੈ ਅਤੇ ਤੁਸੀਂ ਦੇਖ ਸਕਦੇ ਹੋ। ਇਹ UK ਤੋਂ ਸਾਹਿਬ ਸਿੰਘ ਭਾਈ ਸਾਹਿਬ ਸਿੰਘ ਨੇ ਬਣਾਈ ਹੈ ਇਹ। ਜੇ ਤੁਸੀਂ ਕੋਲੇ ਖੜੋਗੇ ਨਾ ਤੁਹਾਨੂੰ ਇੱਦਾਂ ਲੱਗੂਗਾ ਵੀ ਜਿਵੇਂ ਤੁਸੀਂ ਅਕਾਲ ਤਖ਼ਤ ਸੀ, ਜਿਵੇਂ ਪਹਿਲਾਂ ਸੀ, ਸੇਮ ਟੂ ਸੇਮ ਉਵੇਂ ਬਣਾਇਆ ਗਾ। ਅੰਮ੍ਰਿਤਸਰ ਜਾਂਦੇ ਹੋ, ਦਰਬਾਰ ਸਾਹਿਬ ਜਾਂਦੇ ਹੋ, ਪਰਿਕਰਮਾ ਵਿੱਚ ਜ਼ਰੂਰ ਦੇਖ ਕੇ ਆਓ। ਬਹੁਤ ਘੱਟ ਲੋਕਾਂ ਨੂੰ ਪਤਾ, ਇੰਨੀ ਵੀਡੀਓ ਸ਼ੇਅਰ ਕਰ ਦਿਉ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਆਪਣੀ ਸਿੱਖੀ ਦਾ ਜਿਹੜਾ 84 ਦਾ ਬਲੂ ਸਟਾਰ ਦਾ ਜਿਹੜਾ ਸੀਗਾ, ਹੈ ਨਾ, ਨੈਵਰ ਫੋਰਗੈਟ, ਅਸੀਂ ਕਦੇ ਵੀ ਨਹੀਂ ਭੁੱਲ ਸਕਦੇ, ਕਦੇ ਵੀ। ਦੇਖੋ ਕਿਵੇਂ ਹੋਇਆ ਸੀ ਸਾਰਾ, ਉਵੇਂ ਇੱਟਾਂ ਬਿਖਰੀਆਂ ਹੋਈਆਂ ਨੇ ਜਿੱਥੇ ਜਿੱਥੇ ਗੋਲੀ ਚੱਲੀ, ਹੈ ਨਾ। ਅਤੇ ਇੰਗਲੈਂਡ ਤੋਂ UK ਤੋਂ ਬਣ ਕੇ ਆਇਆ ਸੀ ਭਾਈ ਸਾਹਿਬ ਸਿੰਘ ਨੇ, ਜਿਹੜੀ ਸੇਵਾ ਨਿਭਾਈ ਹੈ, ਧੰਨਵਾਦ ਕਰ ਦਿਆਂਗੇ। ਅਤੇ ਸਾਰਾ ਦੱਸਿਆ ਹੋਇਆ, ਤੁਸੀਂ ਦੇਖ ਸਕਦੇ June 1900 ਜਿਹੜਾ ਜ਼ੁਲਮ ਹੋਇਆ ਸੀਗਾ। ਅਸਲੀ ਸਿੱਖ ਇਹ ਵੀਡੀਓ ਜ਼ਰੂਰ ਸ਼ੇਅਰ ਕਰੂਗਾ, ਬਾਕੀ ਜਿਹੜੇ ਗੈਰ ਸਿੱਖ ਨੇ ਉਹ ਚਾਹੇ ਨਾ ਕਰਨ, ਕਿਉਂਕਿ ਆਪਣਾ ਇਤਿਹਾਸ ਹੈ, ਮੂੰਹ ਬੋਲਦਾ ਇਤਿਹਾਸ ਤੁਸੀਂ ਦੇਖ ਸਕਦੇ ਹੋ। ਅਤੇ ਉਸ ਤੋਂ ਅੱਗੇ ਜਿਹੜਾ ਆਪਣਾ ਬਹੁਤ ਪਿਆਰੀ ਚੀਜ਼ ਹੈ, ਜ਼ਰੂਰ ਦੇਖ ਕੇ ਆਇਓ। ਕਈ ਤਾਂ ਹੀ ਲੰਘਿਆ ਨੇ, ਪਤਾ ਹੀ ਨਹੀਂ ਹੈਗਾ ਲੋਕਾਂ ਨੂੰ। ਸੋ ਵੀਡੀਓ ਇੰਨੀ ਸ਼ੇਅਰ ਕਰ ਦਿਉ, ਸਾਰੇ ਦੇਖ ਕੇ ਆਇਆ ਕਰਨ। ਸੰਤਾਂ ਦੀ ਫੋਟੋ ਆ ਗਈ ਇੱਥੇ, ਨੀਚੇ ਨਾਮ ਲਿਖੇ ਹੋਏ ਨੇ, ਠੀਕ ਹੈ ਜੀ। ਅਤੇ ਭਾਈ ਅਮਰੀਕ ਸਿੰਘ ਜੀ ਆ ਗਏ, ਹੈ ਨਾ, ਦੇਖੋ ਸਾਰਾ ਜਿਹੜਾ ਆਪਣਾ। ਭਾਈ ਸੁਬੇਗ ਸਿੰਘ ਜੀ ਆ ਗਏ, ਹੈ ਨਾ, ਬਾਬਾ 18 ਸਿੰਘ ਜੀ, ਇਹ ਸਾਰੀਆਂ ਜਿਹੜੀਆਂ ਨੇ ਦੇਖੋ ਨਾਮ ਥੱਲੇ ਲਿਖੇ ਹੋਏ ਨੇ। ਵੀਡੀਓ ਸ਼ੇਅਰ ਕਰ ਦਿਉ ਵੱਧ ਤੋਂ ਵੱਧ, ਤਾਂ ਕਿ ਸਭ ਨੂੰ ਪਤਾ ਲੱਗ ਸਕੇ ਜਿਹੜਾ ਆਪਣਾ ਇਤਿਹਾਸ, ਸਿੱਖਾਂ ਦਾ ਸਭ ਤੋਂ ਵੱਡਾ ਇਤਿਹਾਸ ਰਿਹਾ। ਅਤੇ ਆਹ ਇੰਨੀਆਂ ਸੋਹਣੀਆਂ, ਬਹੁਤ ਸੋਹਣੀਆਂ ਤਸਵੀਰਾਂ ਨੇ ਨਾਮ, ਅਤੇ ਜਿਹੜਾ ਇਲਾਕਾ ਦੱਸਿਆ ਕਿ ਇਹ ਸ਼ਹੀਦ ਸਿੰਘ ਕਿੱਥੋਂ ਦੇ ਸੀਗੇ, ਕਿਵੇਂ ਇਹਨਾਂ ਦੀ ਜਿਹੜੀ ਹੈ ਸ਼ਹੀਦੀ ਪਾਈ, ਇਹਨਾਂ ਨੇ ਕਿੰਨੀ ਉਮਰ ਸੀ, ਕਿੱਥੋਂ ਦੇ ਰਹਿਣ ਵਾਲੇ ਸੀ, ਸਾਰਾ ਕੁਛ ਦੱਸਿਆ ਹੈਗਾ। ਸਭ ਤੋਂ ਵੱਡੀ ਗੱਲ ਕੀ ਹੈ, ਛੋਟੇ ਛੋਟੇ ਜਿਹੜੇ ਬੱਚੇ ਸ਼ਹੀਦ ਹੋਏ, ਸਾਰਿਆਂ ਦਾ ਜਿਹੜਾ ਵੇਰਵਾ ਦਿੱਤਾ ਹੋਇਆ ਹੈਗਾ। ਬਹੁਤ ਵੱਡਾ ਉਪਰਾਲਾ ਇਹ, ਜਿਨ੍ਹਾਂ ਨੇ ਵੀ ਕੀਤਾ, SGPC ਨੇ ਕੀਤਾ, ਜਿਹਨੇ ਵੀ ਕੀਤਾ, ਦਮਦਮੀ ਟਕਸਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਜਿਨ੍ਹਾਂ ਨੇ ਭੂਮਿਕਾ ਨਿਭਾਈ 84 ਦੇ ਦੰਗਿਆਂ 'ਚ, ਅਤੇ ਤੁਸੀਂ ਦੇਖੋ ਸਾਰੀ ਇਹਨਾਂ ਦੀ ਜਿਹੜੀ, ਤੁਹਾਨੂੰ ਇਕੱਲਾ ਇਕੱਲਾ ਦਿਖਾ ਰਿਹਾ, ਧਿਆਨ ਨਾਲ ਦੇਖੋ। ਵਾਹਿਗੁਰੂ ਦੇ ਨਾਲ ਉਹ ਬਹੁਤ ਜ਼ੁਲਮ ਹੋਏ ਨੇ, ਬਹੁਤ ਜ਼ਿਆਦਾ। ਵੋਟਾਂ ਦਾ ਟਾਈਮ ਹੈ, ਵੀਡੀਓ ਇੰਨੀ ਕੁ ਸ਼ੇਅਰ ਕਰ ਦਿਉ ਤਾਂ ਕਿ ਲੋਕਾਂ ਨੂੰ ਆਪਣੇ ਨੂੰ ਅਕਲਾ ਸਕੇ। ਬਹੁਤ ਵੱਡਾ ਇਤਿਹਾਸ ਹੈ, ਸਿੱਖਾਂ ਦੀ ਸਭ ਤੋਂ ਵੱਧ ਕੁਰਬਾਨੀਆਂ ਨੇ, ਸਭ ਤੋਂ ਵੱਧ। ਦੇਖੋ ਸਾਰਾ ਦੱਸਿਆ ਗਿਆ ਹੈਗਾ। ਸਾਰੀ ਲਾਈਨ ਆ ਗਈ, ਹਾਲੇ ਵੀ ਅੰਦਰ ਕੋਈ ਜ਼ਿਆਦਾ ਰਸ਼ ਨਹੀਂ ਹੁੰਦਾ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਇੰਨੀ ਸੋਹਣਾ ਜਿਹੜਾ ਆਪਣਾ ਸ਼ਹੀਦੀ ਗੈਲਰੀ ਕਹਿੰਦੇ ਨੇ ਇਹਨੂੰ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਜਿਹੜਾ ਗੁਰਦੁਆਰਾ ਬਣਿਆ ਹੋਇਆ, ਹੈ ਨਾ, ਅਕਾਲ ਤਖ਼ਤ ਦੇ ਨਾਲ, ਉਹ ਤੋਂ ਵੀ ਪੁੱਛ ਵੀ ਸਕਦੇ ਹੋ ਸ਼ਹੀਦੀ ਗੈਲਰੀ ਕਿੱਥੇ ਹੈ, ਸ਼ਹੀਦੀ ਗੈਲਰੀ ਨਾਮ ਤੋਂ ਜਾਣਿਆ ਜਾਂਦਾ। ਇਹ ਸਾਰੀ ਦੇਖੋ ਫੋਟੋ ਲੱਗੀਆਂ ਹੋਈਆਂ ਨੇ, ਬਹੁਤ ਸੋਹਣੀ ਚੀਜ਼ ਹੈ। ਅਤੇ ਅੰਦਰ ਜਿਹੜਾ ਹੈਗਾ ਇਹ ਵਧੀਆ AC ਬੈਠ ਕੇ ਜਿਹੜਾ ਸੰਗਤ ਨੂੰ ਦਿਖਾਇਆ ਜਾਂਦਾ ਜੋ ਇਤਿਹਾਸ ਸੀਗਾ, ਇਕੱਲੀ ਇਕੱਲੀ ਚੀਜ਼ ਦਿਖਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਬੇਅੰਤ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ, ਵਿਸ਼ੇਸ਼ ਕਰਕੇ ਬਾਬਾ ਬੋਤਾ ਸਿੰਘ ਅਤੇ ਬਾਬਾ ਦਰਜਾ ਸਿੰਘ ਜੀ ਦੀ ਸ਼ਹੀਦੀ, ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ, ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ ਸਿੰਘ ਜੀ ਦੀ ਸ਼ਹਾਦਤ। ਅਤੇ ਅਖੀਰ ਦੇ ਵਿੱਚ ਇਹੀ ਬੇਨਤੀ ਕਰੂੰ, ਦੇਖੋ ਅੱਖਾਂ 'ਚੋਂ ਪਾਣੀ ਆ ਜਾਂਦਾ, ਤੁਸੀਂ ਉੱਥੇ ਜਾ ਕੇ ਦੇਖੋਗੇ ਨਾ, ਤੁਹਾਡੀ ਅੱਖਾਂ 'ਚੋਂ ਪਾਣੀ ਆਜੂ। ਕਾਕਾ ਬਲਜਿੰਦਰ ਸਿੰਘ ਦੇਖੋ, ਹੈ ਨਾ, ਕਿੰਨੀ ਕੁ ਉਮਰ ਸੀਗਾ, ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲਾ ਸੀ, ਦੇਖੋ ਸੰਗਰੂਰ ਜ਼ਿਲ੍ਹੇ ਦੇ ਹੋ ਗਏ, ਹੈ ਨਾ। ਭੈਣਾਂ ਨੇ ਸਾਡੀਆਂ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਨੇਗੀਆਂ, ਦੇਖੋ ਸਿੰਘਣੀਆਂ, ਵਾਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਕੁ ਵੀਡੀਓ ਸ਼ੇਅਰ ਕਰ ਦਿਓ ਇਹ, ਜੇ ਤੁਸੀਂ ਅਸਲੀ ਸਿੱਖੋ। ਬਹੁਤ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ, ਮੰਤਰੀਆਂ ਦੀਆਂ ਕਰਤੀਆਂ ਹੈ ਨਾ, ਬਹੁਤ ਕਲਾਕਾਰਾਂ ਦੀਆਂ ਕਰਤੀਆਂ, ਕੁਛ ਅਜਬ ਗਜਬ ਕਰਦੇ ਰਹਿੰਦੇ ਸ਼ੇਅਰ। ਜੇ ਤੁਸੀਂ ਆਹ ਨਾ ਸ਼ੇਅਰ ਕੀਤੀ ਤਾਂ ਤੁਹਾਡਾ ਨੈੱਟ ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਫਿਰ ਤਾਂ ਤੁਸੀਂ ਇੱਕ ਚਲਾ ਰਹੇ ਹੋ, ਠੀਕ ਹੈ, ਇੱਕ ਲੱਕੜ ਦੇ ਬੁੱਤ ਬਣ ਕੇ ਚਲਾ ਰਹੇ ਹੋ। ਦੇਖੋ ਸਾਡੀਆਂ ਭੈਣਾਂ ਨੇ ਕੁਰਬਾਨੀਆਂ ਦਿੱਤੀਆਂ, ਛਾਤੀਆਂ ਨਾਲ ਬੰਬ ਬੰਨ ਬੰਨ ਕੇ ਜਿਹੜੇ ਲਿਜਾ ਕੇ, ਹੈ ਨਾ, ਜੋ ਵੀ, ਹੈ ਨਾ। ਸੋ ਬਹੁਤ ਵਧੀਆ। ਇਹ ਜਿਹੜੀ ਨਾਮ ਇਹਨਾਂ ਦੇ, ਫੋਟੋ ਨਹੀਂ ਮਿਲੀਆਂ, ਤਸਵੀਰ ਨਹੀਂ ਮਿਲੀ ਥੱਲੇ ਲਿਖਿਆ, ਅਤੇ ਇਹਨਾਂ ਦਾ ਵੀ ਦਿੱਤਾ। ਦੇਖੋ ਸਿੱਖ ਇਤਿਹਾਸ ਦਾ ਕਿੰਨਾ ਸਤਿਕਾਰ ਹੈ, ਆਪਣੇ ਸਿੱਖ ਪੰਥ ਦੇ ਵਿੱਚ ਬਹੁਤ ਸਤਿਕਾਰ ਹੈ ਸਿੱਖਾਂ ਦਾ, ਸਿੱਖ ਸ਼ਹੀਦਾਂ ਦਾ। ਸੋ ਧੰਨ ਧੰਨ ਸ਼ਹੀਦ ਸਿੰਘ। ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ, ਪੇਜ ਨੂੰ ਫੋਲੋ ਕਰ ਲਓ ਹੋਰ ਵੀਡੀਓ। ਧੰਨਵਾਦ।